ਇਹਦਾ ਕੀ ਨਾਮ? ਦਨਿਕਾ ਸੇਖੜੀ। ਕੌਨ ਸੀ ਗੇਮ ਕਰਤੇ ਹੋ ਆਪ? ਕਰਾਟੇ। ਕਰਾਟੇ ਮੈਂ ਵੀ ਕਹਾਂ ਖੇਲਨੇ ਗਏ ਥੇ ਆਪ? ਹਾਵੜਾ। ਹਾਵੜਾ, ਹਾਵੜਾ ਮੈਂ। ਟੋਟਲ ਕਿੰਨੇ ਬੱਚੇ ਆਏ ਥੇ? 850 ਬੱਚੇ ਆਏ ਥੇ। ਵਹਾਂ ਪਰ ਜਾ ਕੇ ਆਪਕੋ ਕੋਈ ਰਹਿਣੇ ਮੇਂ ਖਾਣੇ ਮੇਂ ਪੀਨੇ ਮੇਂ ਕੋਈ ਦਿੱਕਤ ਨਹੀਂ? ਕੈਸਾ ਆਪਕੋ ਵਹਾਂ ਪਰ ਟ੍ਰੀਟਮੈਂਟ ਦਿਆ ਗਿਆ? ਬਹੁਤ ਅੱਛਾ ਟ੍ਰੀਟਮੈਂਟ ਥਾ ਵਹਾਂ ਪੇ। ਸਕੂਲ ਕੀ ਤਰਫ ਸੇ ਕਿਆ ਸਹਿਯੋਗ ਮਿਲਾ ਆਪਕੋ? ਸਕੂਲ ਕੀ ਤਰਫ ਸੇ ਪ੍ਰਿੰਸੀਪਲ ਮੈਮ ਕਾ, ਸ਼ਸ਼ੀ ਮੈਮ ਕਾ, ਹਮਾਰੇ ਸਕੂਲ ਕੇ ਸਟਾਫ ਕਾ ਔਰ ਚੇਅਰਮੈਨ ਕਾ ਜ਼ਿਆਦਾ ਸਹਿਯੋਗ ਥਾ। ਬੇਟਾ ਨਾਮ ਕੀ? ਰਾਧਿਕਾ। ਬੇਟਾ ਕਿਹੜੀ ਗੇਮ 'ਚ ਜਿੱਤ ਕੇ ਆਇਆ, ਕਿੱਥੋਂ ਜਿੱਤੇ ਆ ਗੋਲਡ ਮੈਡਲ? ਆਪਾਂ ਕਰਾਟੇ ਗੇਮ 'ਚੋਂ ਮੈਡਲ ਜਿੱਤ ਕੇ ਆਏ, ਗੋਲਡ ਮੈਡਲ ਹਾਬਦਾ ਤੋਂ। ਬੇਟਾ ਪਹਿਲਾਂ ਵੀ ਜਿੱਤੇ ਜਿੱਤੇ ਆ? ਹਾਂਜੀ ਹਾਂਜੀ। ਪਹਿਲਾਂ ਸਿਲਵਰ ਮੈਡਲ ਆਇਆ ਸੀ। ਹਾਂਜੀ। ਉਹ ਕਿਹੜੀਆਂ ਖੇਡਾਂ ਸੀ? ਕਿਹੜੀਆਂ? ਕਰਾਟੇ ਗੇਮ ਸੀ। ਹਾਂਜੀ ਹਾਂਜੀ। ਬੇਟਾ ਕਿਆ ਨਾਮ ਹੈ ਆਪਕਾ? ਹਰਸ਼ਿਕਾ। ਕੌਨ ਸੀ ਗੇਮ ਕਰਤੇ ਹੋ? ਕਰਾਟੇ। अभी कहाँ से जीत कर आए हो आप? कोलकाता। वहाँ पे कितनी टीमें आई थी? 17-18 आई थी। 17 और 18 इतनी आई थी टोटल। टोटल बच्चे कितने आए थे? 860। अच्छा सर, ठीक है। और फाइट वहाँ पे कैसे हुई? फाइट में कैसा लगा फाइट? आप कितनी फाइट हुई आपको? 6 फाइटें हुई थी। बिहार से आए थे कई, कई वेस्ट बंगाल से थे, कई बिहार से थे और महाराष्ट्र से भी आए थे। आपके घर से कैसा सपोर्ट है? स्कूल से कैसा सपोर्ट है आपको? बहुत अच्छा सपोर्ट है सब, घर से भी और स्कूल से भी। स्कूल से किसका किसका सपोर्ट है आपके? सलाम सर का, हमारे कोच है जो प्रिंसिपल मैम का, चेयरमैन साहब का और कृष्णा मित्रा। कैसा रहा आपका टूर्नामेंट? बहुत अच्छा। और आपको स्कूल की तरफ से कैसा सपोर्ट रहा? बहुत अच्छा। सर अपना नाम बताओ। मेरा नाम शिवम तिवारी है। सर ये मेडल जीत के लाए बच्चे, कितने बच्चे लाए? ये बच्चे हावड़ा तो मेडल जीत के लेके आए अपने। हावड़ा के बच्चे इंटरनेशनल लैवल का टूर्नामेंट हुआ सी, ਅਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ। ਉੱਥੇ ਕਾਫੀ ਟੀਮਾਂ ਆਈਆਂ ਸੀ, 860 ਬੱਚੇ ਆਏ ਸੀਗੇ ਟੋਟਲ, ਠੀਕ ਨਾ। ਕੋਈ ਯੂਪੀ ਦਾ ਸੀ, ਕੋਈ ਬਿਹਾਰ ਤੋਂ, ਕੋਈ ਹਰਿਆਣਾ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਉੱਤਰਾਖੰਡ ਤੋਂ ਸੀਗਾ, ਠੀਕ ਹੈ। ਅਲੱਗ ਅਲੱਗ ਸਟੇਟਾਂ ਤੋਂ, ਅਤੇ ਇੱਕ ਆਏ ਸੀਗੇ ਆਪਣੇ ਉੱਧਰੋਂ, ਕੀ ਨਾਂ ਕਹਿੰਦੇ ਆ, ਇਹ ਕਹਾਂ ਸੀ ਬੇਟਾ, ਨਹੀਂ ਜੋ ਦੂਸਰੀ ਕੰਟਰੀ 'ਚ ਆਏ ਹੋਏ ਸੀ, ਬੰਗਲਾਦੇਸ਼ 'ਚ, ਬਾਂਗਲਾਦੇਸ਼ 'ਤੇ ਵੀ ਆਏ ਸੀਗੇ ਬੱਚੇ, ਠੀਕ ਹੈ ਨਾ। ਨੇਪਾਲ ਤੋਂ ਵੀ ਆਏ ਸੀ, ਮਤਲਬ ਬਹੁਤ ਵਧੀਆ ਰਿਹਾ ਟੂਰਨਾਮੈਂਟ, ਬਹੁਤ ਵਧੀਆ ਬੱਚਿਆਂ ਨੇ ਪਾਰਟੀਸਪੇਟ ਕੀਤਾ ਉੱਥੇ। ਇਹ ਕਿ ਗਰਮੀ ਬਹੁਤ ਜ਼ਿਆਦਾ ਸੀ, ਗਰਮੀ ਨਾ ਦੇਖਦੇ ਹੋ ਬੱਚਿਆਂ ਨੇ, ਫਿਰ ਵੀ ਬਹੁਤ ਵਧੀਆ ਸਪੋਰਟ, ਮਤਲਬ ਆਪਣਾ ਉੱਥੇ ਪਾਰਟੀਸਪੇਟ ਕੀਤਾ ਬੱਚਿਆਂ ਨੇ। ਦੇਖੋ ਜੀ, ਇਹ ਆਪਣੇ 'ਤੇ ਡਿਪੈਂਡ ਹੈਗਾ ਕਿ ਆਪਣਾ ਮਾਇੰਡ ਸੈਟਅਪ ਜੇ ਰੱਖ, ਆਪਣੇ ਦਿਮਾਗ 'ਚ ਸੋਚਾਂਗੇ ਨਾ ਕਿ ਛੋਟਾ ਬੱਚਾ ਹੈ, ਆਪਣੇ ਦਿਮਾਗ 'ਚ ਸੋਚਾਂਗੇ ਕਿ ਵੱਡਾ ਬੱਚਾ, ਓਨਾ ਹੀ ਸਾਡਾ ਐਨਰਜੀ ਵੇਸਟ ਹੋਣਾ। ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਜਾਂ ਕਿ ਮਤਲਬ ਵੱਡਾ, ਸਾਡੇ ਲਈ ਸਭ ਇਕੁਅਲ ਆ। ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਆ, ਠੀਕ ਹੈ ਨਾ। ਆਪਾਂ ਇਹ ਸੋਚਦੇ ਕਿ ਬੱਚਾ ਵਧੀਆ, ਆਪਾਂ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਹਾਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਇੰਡ ਸੈਟ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਹਾਂ। ਸਾਡੇ ਸਕੂਲ ਦੇ, ਇਸ ਸਕੂਲ ਦੇ 4 ਬੱਚੇ ਗਏ ਸੀਗੇ, 4 ਦੇ 4 ਗੋਲਡ ਆਏ ਆਪਣੇ ਅਲੱਗ ਅਲੱਗ ਵੇਟ ਦੇ ਵਿੱਚ ਜੀ, ਇੰਟਰਨੈਸ਼ਨਲ ਖੇਲ ਕੇ।
ਸਰ ਮੇਰਾ ਨਾਮ ਅਮਨਦੀਪ ਜਕਾਲੀਆ ਜੀ। ਸਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ, ਮਤਲਬ ਕਿ ਐਜ਼ ਏ ਟੀਚਰ ਐਜ਼ ਏ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ, ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ।